ਸੰਸਾਰ ਰੂਪੀ ਬਾਗ ਦਾ ਸਭ ਤੋਂ ਉੱਤਮ ਫਲ ਹੈ ਇਹ ਦੁਨੀਆ ਕਦੇ ਵੀ ਇੰਨੀ ਖੂਬਸੂਰਤ ਨਾ ਹੁੰਦੀ ਜੇ ਘਰੇ ਦੇ ਵਿੱਚ ਔਰਤ ਨਾ ਹੁੰਦੀ ਇੱਕ ਔਰਤ ਹੀ ਹੈ ਜੋ ਕਿ ਇਨਸਾਨ ਨੂੰ ਜਨਮ ਦਿੰਦੀ ਹੈ ਤੇ ਇਸ ਸ੍ਰਿਸ਼ਟੀ ਨੂੰ ਅੱਗੇ ਤੋਰਦੀ ਹੈ ਉਹ ਕਦੇ ਕਿਸੇ ਦੀ ਮਾਂ ਭੈਣ ਧੀ ਜੀਵਨ ਸਾਥਣ ਤੇ ਹੋਰ ਪਤਾ ਨਹੀਂ ਕਿਹੜੇ-ਕਿਹੜੇ ਰਿਸ਼ਤੇ ਨਿਭਾ ਕੇ ਇਸ ਦੁਨੀਆ ਦੇ ਵਿੱਚ ਵਿਛੜਦੀ ਹੈ ਸਤਿ ਸ਼੍ਰੀ ਅਕਾਲ ਜੀ ਪ੍ਰਾਈਮ ਏਸ਼ੀਆ ਟੀਵੀ ਤੇ ਪ੍ਰੋਗਰਾਮ ਪ੍ਰਾਈਮ ਔਮਨ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਇਹੋ ਜਿਹੀਆਂ ਅਨੇਕ ਔਰਤਾਂ ਦੀਆਂ ਗੱਲਾਂ ਲੈ ਕੇ ਅਸੀਂ ਦੋਵੇਂ ਜਣੀਆਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਈਆਂ ਮੈਂ ਹਾਂ ਹਰਮਨਤ ਹੈਂਦ ਮੇਰੇ ਨਾਲ ਨੇ ਕੁਸਮ ਸੋਨੀਆ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸੋਹਣੀ ਗੱਲ ਕਹੀ ਤੁਸੀਂ ਔਰਤਾਂ ਬਾਰੇ ਔਰ ਮੈਨੂੰ ਬਹੁਤ ਚੰਗੀ ਲੱਗੀ ਵੈਸੇ ਮੈਨੂੰ ਵੀ ਇਹਦੇ ਤੋਂ ਇੱਕ ਕੁਝ ਲਾਈਨਾਂ ਯਾਦ ਆ ਗਈਆਂ ਕਿ ਜਿਹੜੀ ਜ਼ਿੰਦਗੀ ਹੈ ਨਾ ਸਾਡੀ ਜੇ ਇਹਦੇ ਵਿੱਚ ਰੰਗ ਨਾ ਹੋਣ ਜੇ ਇਹਦੇ ਵਿੱਚ ਬੱਚੇ ਨਾ ਹੋਣ ਜੇ ਇਹਦੇ ਵਿੱਚ ਔਰਤਾਂ ਨਾ ਹੋਣ ਤਾਂ ਬਿਲਕੁਲ ਫਿੱਕੀ ਜੀ ਲੱਗੂਗੀ ਬਿਲਕੁਲ ਬੇਰੰਗ ਲੱਗੂਗੀ ਨਾ ਮਤਲਬ ਇਹ ਔਰਤਾਂ ਮੈਨੂੰ ਇਦਾਂ ਲੱਗਦਾ ਹੁੰਦਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਮਰਦਾਂ ਦੀ ਜ਼ਿੰਦਗੀ ਦੇ ਵਿੱਚ ਨਾ ਕੋਈ ਛਣ ਛਣ ਵਰਗੀ ਕੋਈ ਚੀਜ਼ ਹੁੰਦੀ ਹੈ ਵੀ ਜਿਹੜੀ ਹਮੇਚਾ ਛਣਕਦੀ ਰਹਿੰਦੀ ਹੈ ਤੇ ਉਹਨਾਂ ਨੂੰ ਆਪਣੇ ਮਗਰ ਲਾਈ ਰੱਖਦੇ ਆ ਮੈਂ ਜਦੋਂ 17 ਪੜ੍ਹਿਆ ਸੋਸ਼ਲ ਮੀਡੀਆ ਤੇ ਮੇਰੀ ਨਜ਼ਰ ਇਹਨਾਂ ਲਾਈਨਾਂ ਵੱਲ ਗਈ ਤੇ ਦਰਬਾਸੀ ਹੋਰਾਂ ਨੇ ਲਿਖਿਆ ਹੋਇਆ ਹੈ ਲਾਈਨਾਂ ਨੇ ਸੋ ਇਹਨੂੰ ਬੜੀਆਂ ਚੰਗੀਆਂ ਲੱਗੀਆਂ ਪਰ ਗੱਲ ਉਹੀ ਹੈ ਕਿ ਸਮਝਣ ਦੀ ਤੇ ਸਮਝਾਉਣ ਦੀ ਜੇਕਰ ਤੁਸੀਂ ਸਮਝ ਜਾਓ ਤੇ ਸਮਝ ਆਸ ਕੋ ਕਿਸੇ ਨੂੰ ਕਿ ਇੱਕ ਔਰਤ ਦੀ ਕੀ अहमियत ਹੁੰਦੀ ਹੈ ਇਸ ਜ਼ਿੰਦਗੀ ਦੇ ਵਿੱਚ ਤਾਂ ਫਿਰ ਉਹਦੇ ਨਾਲ ਦੀ ਕੋਈ ਰੀਸ ਨਹੀਂ ਨਹੀਂ ਤਾਂ ਦੁਨੀਆ ਤਾਂ ਤੁਰ ਹੀ ਫਿਰਦੀ ਹੈ ਦੁਨੀਆ ਤਾਂ ਲੱਖਾਂ ਬਤਰਾ ਬਸਦੀ ਹੈ ਲੱਖ ਬਸਦੇ ਨੇ ਲੋਕ ਸੋ ਪ੍ਰਾਈਮ ਔਮਨ ਦੀ ਹੁਣ ਗੱਲ ਅਸੀਂ ਅੱਗੇ ਤੋਰਦੇ ਹਾਂ ਤੇ ਅੱਜ ਦੇ ਇਤਿਹਾਸ ਦੇ ਨਾਲ ਫਿਰ ਦਰਸ਼ਕਾਂ ਨੂੰ ਜੋੜੀਏ ਜੀ ਜ਼ਰੂਰ ਅੱਜ ਦੇ ਇਤਿਹਾਸ ਦੇ ਵਿੱਚ ਇੱਕ ਬਹੁਤ ਹੀ ਖਾਸ ਔਰਤ ਦਾ ਜਨਮ ਦਿਨ ਹੈ ਪਰ ਉਹ ਜਨਮ ਦਿਨ ਮਨਾਉਣ ਤੋਂ ਪਹਿਲਾਂ ਆਪਾਂ ਹਰਮਨ ਜੀ ਆਪਣੇ ਦਰਸ਼ਕਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ ਦੇ ਦਈਏ ਵੀ ਚੇਤ ਦੀ ਅੱਜ ਸੰਗਰਾਣ ਹੈ ਤੇ ਉਸ ਹਿਸਾਬ ਨਾਲ ਅੱਜ ਨਵਾਂ ਸਾਲ ਬਣਦਾ ਹੈ ਜੀ ਸੋ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਇਸ ਨਵੇਂ ਸਾਲ ਦੀਆਂ ਬਹੁਤ ਸਾਰੀਆਂ ਮੁਬਾਰਕਾਂ ਦੇਸੀ ਮਹੀਨਿਆਂ ਦੇ ਹਿਸਾਬ ਦੇ ਨਾਲ ਇਹ ਜਿਹੜਾ ਨਵਾਂ ਸਾਲ ਹੈ ਉਹ ਛੜਿਆ ਹੈ ਪਰਮਾਤਮਾ ਕਰੇ ਕਿ ਢੇਰ ਸਾਰੀਆਂ ਖੁਸ਼ੀਆਂ ਤੁਹਾਨੂੰ ਇਸ ਨਵੇਂ ਸਾਲ ਦੇ ਵਿੱਚ ਮਿਲਣ ਤੇ ਜਿੰਨੇ ਗਮ ਜਿੰਨੇ ਦੁੱਖ ਪਿਛਲੇ ਵਰੇ ਦੇ ਵਿੱਚ ਰਹਿ ਗਏ ਉੱਥੇ ਹੀ ਖਤਮ ਹੋ ਜਾਣ ਬਸ ਅੱਗੇ ਨਵਾਂ ਵਧਨ ਕਰੇ ਤੁਹਾਡੇ ਨਾਲ ਜੀ ਬਿਲਕੁਲ ਬਹੁਤ ਸੋਹਣਾ ਮੌਸਮ ਹੁੰਦਾ ਹੈ ਇਹਨਾਂ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਵੀ ਔਰ ਵਿਦੇਸ਼ ਦੇ ਵਿੱਚ ਵੀ ਸੋ ਨਵਾਂ ਸਾਲ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕ ਕਹਿੰਦੇ ਆ ਤੇ ਹੁਣ ਇਤਿਹਾਸ ਨਾਲ ਜੋੜਦੇ ਆ ਅੱਜ ਉਸ ਔਰਤ ਦਾ ਜਨਮ ਦਿਨ ਅਸੀਂ ਮਨਾ ਰਹੇ ਆ ਜਿਹੜੀ ਕਿ ਦੁਨੀਆ ਦੀ ਪਹਿਲੀ ਡੈਂਟਿਸਟ ਬਣੀ ਸੀ ਅੱਛਾ ਦੰਦਾਂ ਦੀ ਡਾਕਟਰ ਜੀ ਦੰਦਾਂ ਦੀ ਡਾਕਟਰ ਬਣੀ ਸੀ ਲੂਸੀ ਹਾਰਬਸਟੇਲਰ ਹਾਂ 14 ਮਾਰਚ 1833 ਦੇ ਵਿੱਚ ਇਹਨਾਂ ਦਾ ਜਨਮ ਹੋਇਆ ਸੀ ਔਰ 3 ਅਕਤੂਬਰ 1910 ਨੂੰ ਇਸ ਦੁਨੀਆ ਨੂੰ ਹਲਵਦਾ ਕਹਿ ਗਿਆ ਸੀਗੇ ਅਮਰੀਕਾ ਦੀ ਇਹ ਲੇਡੀ ਹੈ ਜਿਨੇ ਕਿ ਪਹਿਲਾਂ ਜੇ ਬਚਪਨ ਦੀ ਗੱਲ ਕਰੀਏ ਤਾਂ ਕਹਿੰਦੇ ਨਾ ਨਾ ਵੀ ਇਹ ਤਾਂ ਆਪਾ ਹੁਣ ਕਿੰਨੀ ਆਪਾ ਮਾਣ ਦੇ ਨਾਲ ਗੱਲ ਕਹਿਤੀ ਕਿੰਨੀ ਖੁਸ਼ੀ ਦੇ ਨਾਲ ਗੱਲ ਕਹਿਤੀ ਵੀ ਉਹ ਦੁਨੀਆ ਦੀ ਪਹਿਲੀ ਡੈਂਟਿਸਟ ਬਣੀ ਸੀ ਪਰ ਤੁਸੀਂ ਦੇਖੋ ਵੀ 1833 ਉਸ ਉਸ ਦੌਰ ਦੇ ਵਿੱਚ ਡੈਂਟਿਸਟ ਬਣਨਾ ਕਿੱਡੀ ਆਪਣੇ ਆਪ ਦੇ ਵਿੱਚ ਵੱਡੀ ਗੱਲ ਹੈ ਔਰ ਇਹ ਸੌਖਾ ਨਹੀਂ ਸੀ ਜਿਹੜਾ ਇਹਨਾਂ ਦਾ ਸਫ਼ਰ ਸੀ ਬਿਲਕੁਲ ਨਹੀਂ ਸੀ ਸੌਖਾ ਜਦੋਂ ਲੂਸੀ ਹੌਬਸਟੇਲਰ 12 ਸਾਲ ਦੀ ਸੀ ਤਾਂ ਇਹਨਾਂ ਦੇ ਮਾਤਾ ਪਿਤਾ ਇਸ ਦੁਨੀਆ ਤੋਂ ਚਲੇ ਗਏ ਸੀਗੇ ਔਰ ਮਾ ਪਿਓ ਤੋਂ ਵਿਹੋਣੀ ਇਹ ਬੱਚੀ ਜਿਹੜੀ ਆ ਇਹਨੇ ਆਪਣੀ ਜਿਹੜੇ ਭੈਣ ਭਰਾ ਸੀਗੇ ਉਹਨਾਂ ਨੂੰ ਪਾਲਣ ਦੇ ਲਈ ਛੋਟੀਆਂ ਮੋਟੀਆਂ ਨੌਕਰੀਆਂ ਵੀ ਕੀਤੀਆਂ ਮਤਲਬ 12 ਸਾਲ ਦੀ ਇੱਕ ਬੱਚੀ ਆਪਣੇ ਭੈਣ ਭਰਾ ਨੂੰ ਪਾਲ ਰਹੀ ਹੈ ਉਹਨਾਂ ਦੀ ਮਾਂ ਬਣ ਗਈ ਇਹ ਤੇ ਫਿਰ ਜਦੋਂ ਇਹਦਾ ਸਫ਼ਰ ਸ਼ੁਰੂ ਹੋਇਆ ਵੀ ਉਹ ਇਹਨੇ ਪੜਨਾ ਸੀਗਾ ਨਾ ਸੋ ਇਹਨੇ ਪਹਿਲਾ ਪਹਿਲਾਂ ਤਾਂ ਕੁਝ ਜਿਹੜੀਆਂ ਨੌਕਰੀਆਂ ਕੀਤੀਆਂ ਫਿਰ 10 ਸਾਲ ਤੱਕ ਇਹ ਟੀਚਰ ਵੀ ਲੱਗੀ ਰਹੀ ਉਸ ਤੋਂ ਬਾਅਦ ਜਦੋਂ ਇਹਨੇ ਮੈਡੀਕਲ ਸਕੂਲ ਦੇ ਲਈ ਅਪਲਾਈ ਕੀਤਾ ਤਾਂ ਉੱਥੋਂ ਉਹਨਾਂ ਨੇ ਨਾ ਕਰ ਦਿੱਤੀ ਔਰ ਉਹ ਨਾ ਕਰਨ ਦਾ ਵੱਡਾ ਕਾਰਨ ਇਹ ਸੀ ਕਿ ਇਹਦਾ ਲਿੰਗ ਕਿ ਇੱਕ ਔਰਤ ਸੀ ਕਿਉਂਕਿ ਉਸ ਵਕਤ ਜਿਹੜੇ ਮਰਦ ਲੋਕ ਸੀ ਉਹੀ ਜਿਹੜੇ ਡੈਂਟਲ ਸਕੂਲ ਨੇ ਮੈਡੀਕਲ ਸਕੂਲ ਨੇ ਉਹਨਾਂ ਦੇ ਵਿੱਚ ਐਡਮਿਸ਼ਨ ਲੈਂਦੇ ਸੀਗੇ ਉਹੀ ਇਹ ਕਰਦੇ ਸੀਗੇ ਲੋਕਾਂ ਦੇ ਲਈ ਹੈਰਾਨੀ ਵਾਲੀ ਵੱਡੀ ਗੱਲ ਸੀਗੀ ਕਿ ਇੱਕ ਕੁੜੀ ਜਿਹੜੀ ਆ ਉਹ ਡਾਕਟਰ ਬਣ ਜੂਗੀ ਓਹ ਮਤਲਬ ਜੀ ਅੱਜ ਦੀ ਡੇਟ ਤੇ ਆਪਾਂ ਕਹੀਏ ਵੀ ਜੇ ਆਪਾਂ ਕਿਸੇ ਔਰਤ ਨੂੰ ਕਹੀਏ ਵੀ ਮਿਸਤਰੀ ਆ ਹਨਾ ਉਹ ਜਾਂ ਇਹ ਪਲੰਬਰ ਆ ਨਾ ਔਰਤ ਮਤਲਬ ਹੈਰਾਨ ਜਿਹਾ ਕਰਨ ਵਾਲੀਆਂ ਗੱਲਾਂ ਨੇ ਕਿਉਂਕਿ ਕਦੇ ਕੀਤਾ ਨਹੀਂ ਔਰਤਾਂ ਨੇ ਕੰਮ ਮਤਲਬ ਉਦੋਂ ਇਹ ਗੱਲ ਸੀਗੀ ਫਿਰ ਇਹਨਾਂ ਨੇ ਮੈਡੀਕਲ ਸਕੂਲ ਦੇ ਵਿੱਚ ਅਪਲਾਈ ਕੀਤਾ ਉੱਥੋਂ ਨਾ ਹੋ ਗਈ ਜਦੋਂ ਨਾ ਹੋ ਗਈ ਤੇ ਫਿਰ 루ਸੀ ਨੇ ਨਾ ਜਿਹੜੀ ਟਿਊਸ਼ਨ ਲੈਣੀਆਂ ਸ਼ੁਰੂ ਕਰ ਦਿੱਤੀਆਂ ਉੱਥੋਂ ਦੇ ਇੱਕ ਪ੍ਰਾਈਵੇਟਲੀ ਪੜ੍ਹਨਾ ਸ਼ੁਰੂ ਕਰ ਦਿੱਤਾ ਕਿ ਚਲੋ ਇੱਥੇ ਐਡਮਿਸ਼ਨ ਨਹੀਂ ਮਿਲੀ ਤਾਂ ਮੈਂ ਆਪਣੀ ਘਰ ਦੇ ਵਿੱਚ ਤਿਆਰੀ ਕਰ ਲੈਣੀ ਉਸ ਤੋਂ ਬਾਅਦ ਤਿਆਰੀ ਕਰਕੇ ਜਦੋਂ ਡੈਂਟਲ ਸਕੂਲ ਦੇ ਵਿੱਚ ਇਹਨਾਂ ਨੇ ਐਡਮਿਸ਼ਨ ਲੈਣੀ ਉੱਥੇ ਵੀ ਨਾਂ ਨਹੀਂ ਹੋਈ ਫਿਰ ਜਦੋਂ ਦੂਜੀ ਵਾਰੀ ਫਿਰ ਡੈਂਡਲ ਸਕੂਲ ਦੇ ਵਿੱਚ ਐਡਮਿਸ਼ਨ ਉਹਨਾਂ ਨੇ ਲੈਣੀ ਚਾਹੀ ਫਿਰ ਤੋਂ ਨਾ ਹੋ ਗਈ ਪਰ ਉਸ ਤੋਂ ਬਾਅਦ ਫਿਰ ਲੂਸੀ ਨੇ ਇਹ ਸੋਚਿਆ ਵੀ ਮੈਂ ਆਪਣੀ ਪ੍ਰੈਕਟਿਸ ਜਿਹੜੀ ਆ ਉਹ ਆਪਣੇ ਤੌਰ ਤੇ ਹੀ ਕਰਦੀ ਹੈ ਨਾ ਆਪਣੇ ਪ੍ਰਾਈਵੇਟ ਤੌਰ ਤੇ ਹੀ ਕਰਦੀ ਹੈ ਕਿਉਂਕਿ ਇੱਥੇ ਮੈਨੂੰ ਐਡਮਿਸ਼ਨ ਨਹੀਂ ਮਿਲ ਰਿਹਾ 1861 ਦੇ ਵਿੱਚ ਇਹਨੇ ਫਿਰ ਪ੍ਰਾਈਵੇਟ ਜਿਹੜੀ ਆਪਣੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ 1861 ਵਿੱਚ ਜਦੋਂ ਇਹਨਾਂ ਨੇ ਆਪਣੀ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੱਤੀ ਉਹ ਵੀ ਬਿਨਾਂ ਕਿਸੇ ਡਿਪਲੋਮੇ ਤੋਂ ਉਸ ਤੋਂ ਬਾਅਦ ਇਹਨਾਂ ਨੇ ਆਪਣੀ ਜਿਹੜੀ ਪ੍ਰੈਕਟਿਸ ਆ ਉਹ ਜਾਰੀ ਰੱਖੀ ਹੌਲੀ ਹੌਲੀ ਜਦੋਂ ਇਹਨਾਂ ਨੂੰ ਥੋੜਾ ਨਾਮ ਬਣਨਾ ਸ਼ੁਰੂ ਹੋ ਗਿਆ ਕਿ ਹਾਂ ਇਹ ਕੁੜੀ ਜਿਹੜੀ ਆ ਉਹ ਡੈਂਟਿਸਟ ਬਣ ਸਕਦੀ ਆ ਉਸ ਤੋਂ ਬਾਅਦ 1866 ਦੇ ਵਿੱਚ ਮਤਲਬ 5 ਸਾਲ ਸੰਘਰਸ਼ ਕਰਨ ਤੋਂ ਬਾਅਦ ਇਹਨਾਂ ਨੂੰ ਡਾਕਟੋਰੇਟ ਦੀ ਡਿਗਰੀ ਜਿਹੜੀ ਉਹ ਹਾਸਲ ਹੋਈ ਫਿਰ ਇੱਕ ਕੁੜੀ ਜਿਹੜੀ ਡੈਂਟਿਸਟ ਬਣੀ ਔਰ ਇੱਕ ਔਰਤ ਹੁੰਦਿਆਂ ਡੈਂਟਿਸਟ ਬਣ ਜਾਣਾ ਬਹੁਤ ਵੱਡੀ ਗੱਲ ਹੈ ਸੋ ਅਸੀਂ ਅੱਜ ਇਹਨਾਂ ਨੂੰ ਇਹਨਾਂ ਦੇ ਜਨਮ ਦਿਨ ਤੇ ਮੁਬਾਰਕਬਾਦ ਵੀ ਦਿੰਦੇ ਆ ਸ਼ਰਧਾਂਜਲੀਆ ਵੀ ਦਿੰਦੇ ਆ ਤੇ ਸਲਾਮ ਵੀ ਕਰਦੇ ਆ ਕਿ ਉਸ ਦੌਰ ਦੇ ਵਿੱਚ ਇਹ ਜਿਹੜੀ ਪਹਿਲੀ ਜਿਹੜੀ ਦੁਨੀਆ ਦੇ ਵਿੱਚ ਪਹਿਲੀ ਡੈਂਟਿਸਟ ਬਣੀ ਔਰ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਵਕਤ ਬੀਤਦਾ ਗਿਆ 1900 ਦੇ ਵਿੱਚ ਫਿਰ ਹਜ਼ਾਰਾਂ ਔਰਤਾਂ ਇਹਨਾਂ ਨੇ ਇਹਨਾਂ ਨੂੰ ਫਾਲੋ ਕਰਨਾ ਉਹਨਾਂ ਨੇ ਸ਼ੁਰੂ ਕੀਤਾ ਕਿ ਅਸੀਂ ਵੀ ਡੈਂਟਿਸਟ ਬਣ ਸਕਦੀਆਂ ਆ ਤੇ ਉਸ ਤੋਂ ਬਾਅਦ ਫਿਰ ਇਹ ਸਫ਼ਰ ਸ਼ੁਰੂ ਹੋਇਆ ਵੀ ਕੁੜੀਆਂ ਜਿਹੜੀਆਂ ਉਹ ਡੈਂਟਿਸਟ ਬਣਨੀਆਂ ਸ਼ੁਰੂ ਹੋ ਗਈਆਂ ਕੀ ਬਾਤ ਆ ਲੱਖ ਲੱਖ ਵਾਰ ਨਮਨ ਐ ਹੋ ਜੀਆਂ ਔਰਤਾਂ ਨੂੰ ਸੋ ਦੇਖੋ ਕਿਤੋਂ ਤਾਂ ਸ਼ੁਰੂਆਤ ਕਰਨੀ ਪੈਂਦੀ ਆ ਮੰਜ਼ਿਲ ਤੱਕ ਪਹੁੰਚਣ ਦੇ ਲਈ ਇੱਕ ਕਹਿੰਦੇ ਕਿ ਜਿੰਨੀ ਮਰਜ਼ੀ ਉੱਚੀ ਮੰਜ਼ਿਲ ਕਿਉਂ ਨਾ ਹੋਵੇ ਜਿੰਨੀ ਮਰਜ਼ੀ ਦੂਰੀ ਦੇ ਉੱਪਰ ਮੰਜ਼ਿਲ ਕਿਉਂ ਨਾ ਹੋਵੇ ਉਹਦੀ ਸ਼ੁਰੂਆਤ ਸਿਰਫ ਕਦਮ ਤੋਂ ਹੁੰਦੀ ਹੈ ਤੇ ਜਦੋਂ ਇੱਕ ਕਦਮ ਪੁੱਟ ਲਿਆ ਫਿਰ ਪਿੱਛੇ ਨਹੀਂ ਮੁੜ ਕੇ ਦੇਖਣਾ ਚਾਹੀਦਾ ਫਿਰ ਅੱਗੇ ਦੀ ਅੱਗੇ ਅੱਗੇ ਦੀ ਅੱਗੇ ਵੱਧਦੇ ਜਾਓ ਵੀ ਮੰਜ਼ਿਲ ਤੇ ਪਹੁੰਚ ਗਏ ਦੇਖਾਂਗੇ ਫੋੜ ਨਹੀਂ ਮੈਂ ਪਿੱਛੇ ਵੇਖਣਾ ਹੈ ਨਾ ਸੋ ਖੈਰ ਬਾਕੀ ਕੁਸ਼ਮਿੰਝ ਅੱਜ ਮੇਰੇ ਕੋਲ ਤਾਂ ਦੋ ਦੋ ਖੁਸ਼ ਖਬਰਾਂ ਹੈ ਅੱਛਾ ਜੀ ਕੀ ਬਾਤ ਹੈ ਫਿਰ ਕਰੋ ਸੰਜੀ ਪਹਿਲੀ ਕਰਨੀ ਕਿ ਪਹਿਲੇ ਦੂਜੀ ਕਰਨੀ ਆਪਾਂ ਅਕਸਰ ਇਤਿਹਾਸ ਦੀਆਂ ਗੱਲਾਂ ਕਰਦੇ ਹੁੰਨੇ ਆ ਪਰ ਇਹ ਹੁਣ ਜਿਹੜੀ ਮੈਂ ਗੱਲ ਕਰਨੀ ਆ ਇਹ ਨੇ ਇਤਿਹਾਸ ਬਣਾ ਦੇਣਾ ਅੱਛਾ ਇਹ ਪ੍ਰਵੇਖ ਦੇ ਵਿੱਚ ਆ ਇਤਿਹਾਸ ਬਣਨਾ ਹਲੇ ਜੀ ਔਰ ਅਸੀਂ ਇਹ ਉਮੀਦ ਕਰਦੇ ਹਾਂ ਕਿ ਛੇਤੀ ਇਹ ਜਿਹੜਾ ਇਤਿਹਾਸ ਉਸਰਜਿਆ ਜਾਏ ਕਿਉਂਕਿ ਹੁਣ ਜਿਹੜੀ ਪੁਲਾੜ ਏਜੰਸੀ NASA ਹੈ ਉਹਨਾਂ ਨੇ ਇਸ ਚੀਜ਼ ਦੇ ਸੰਕੇਤ ਦਿੱਤੇ ਨੇ ਵੀ ਹੋ ਸਕਦਾ ਵੀ ਆਉਂਦੇ ਸਮੇਂ ਦੇ ਵਿੱਚ ਮੰਗਲ ਗ੍ਰਹਿ ਦੇ ਉੱਪਰ ਸਭ ਤੋਂ ਪਹਿਲਾਂ ਇੱਕ ਪੈਰ ਰੱਖਣ ਵਾਲੀ ਜਿਹੜੀ ਹੈ ਉਹ ਔਰਤ ਹੋਵੇ ਅੱਛਾ ਜੀ ਕੀ ਬਾਤ ਹੈ ਤੇ ਉਹ ਔਰਤ ਕੌਣ ਹੋਏਗੀ ਹਲੇ ਇਹਦਾ ਕੋਈ ਖੁਲਾਸਾ ਨਹੀਂ ਉਹਨਾਂ ਨੇ ਕੋਈ ਖੁਲਾਸਾ ਨਹੀਂ ਕੀਤਾ ਕਿਸੇ ਦੀ ਕੋਈ ਪਛਾਣ ਜ਼ਾਹਰ ਨਹੀਂ ਕੀਤੀ ਪਰ ਮੈਂ ਜਦੋਂ ਇਹ ਖਬਰ ਪੜ੍ਹੀ ਤਾਂ ਮੈਂ ਸੋਚਿਆ

ਵੀ ਅਸਮਾਨ ਤੋਂ ਉੱਚੀ ਉਡਾਰੀ ਲਾਉਣੀ ਹੈ ਹਨਾ ਸਕਾਈ ਇਜ਼ ਦਾ ਲਿਮਿਟ ਪਰ ਹੁਣ ਸਕਾਈ ਇਜ਼ ਨਾਟ ਦਾ ਲਿਮਿਟ ਹੁਣ ਤਾਂ ਅਸੀਂ ਮੰਗਲ ਗ੍ਰਹਿ ਤੱਕ ਦੀਆਂ ਗੱਲਾਂ ਕਰਦੇ ਆਂ ਵੀ ਮੰਗਲ ਗ੍ਰਹਿ ਤੇ ਵੀ ਹੁਣ ਇੱਕ ਔਰਤ ਜਿਹੜੀ ਉਹ ਪੈਰ ਰੱਖਦੀ ਆਸ ਕਰਦੇ ਆਂ ਵੀ ਇਹ ਜਿਹੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਨੇ ਸੱਚ ਸਾਬਿਤ ਹੋਣ ਤੇ ਸੱਚਮੁੱਚ ਜਿਹੜੀ ਪਹਿਲੀ ਉੱਥੇ ਜਾਣ ਵਾਲੀ ਹੈ ਉਹ ਔਰਤ ਹੀ ਬਣੇ ਤੇ ਅਸੀਂ ਫਿਰ ਤੋਂ ਇੱਕ ਵਾਰੀ ਔਰਤ ਹੋਣ ਤੇ ਮਾਣ ਮਹਿਸੂਸ ਕਰੀਏ ਨਾਸਾ ਦੇ ਜਿਹੜੇ ਪ੍ਰਬੰਧਕ ਨੇ ਵਾਈਲ ਬਰਾਇਡਸਟीन ਉਹਨਾਂ ਨੇ ਇਸ ਚੀਜ਼ ਦੇ ਸੰਕੇਤ ਦਿੱਤੇ ਨੇ ਹਾਲਾਂਕਿ ਉਹਨਾਂ ਨੇ ਮੈਂ ਜਿਵੇਂ ਪਹਿਲਾਂ ਕਿਹਾ ਵੀ ਕੋਈ ਪਛਾਣ ਜਿਹੜੀ ਉਹ ਜ਼ਾਹਰ ਨਹੀਂ ਕੀਤੀ ਪਰ ਉਹਨਾਂ ਨੇ ਇਹ ਕਹਿ ਵੀ ਜੜੀ ਹੈ ਅਮਰੀਕੀ ਪਲਾੜ ਏਜੰਸੀ NASA ਹੈ ਇਹਦੇ ਵਿੱਚ ਜਿੰਨੀਆਂ ਵੀ ਆਉਣ ਵਾਲੀਆਂ ਅਗਲੀਆਂ ਯੋਜਨਾਵਾਂ ਨੇ ਜਿਹੜੀਆਂ ਆਗਾਮੀ ਯੋਜਨਾਵਾਂ ਨੇ ਉਹਦੇ ਵਿੱਚ ਔਰਤਾਂ ਨੂੰ ਅੱਗੇ ਰੱਖਿਆ ਜਾਏਗਾ ਹਾਂ ਔਰ ਉਹਨਾਂ ਨੇ ਇਹ ਵੀ ਕਹਿ ਵੀ ਸਾਨੂੰ ਬੜਾ ਮਾਣ ਹੈ ਇਸ ਚੀਜ਼ ਤੇ ਵੀ ਹੁਣ ਔਰਤਾਂ ਜਿਹੜੀਆਂ ਨੇ ਉਹ ਮੋਰੀ ਹੋ ਕੇ ਤੇ ਅੱਗੇ ਵਧਣ ਗਈਆਂ ਤੇ ਅਸੀਂ ਵੀ ਪੂਰਾ ਉਹਨਾਂ ਦਾ ਸਾਥ ਦੇਾਂਗੇ ਔਰ ਇਹਦੇ ਵਿੱਚ ਇਹਨਾਂ ਨੇ ਅਸਲ ਦੇ ਵਿੱਚ ਤਾਂ ਇੱਕ ਰੇਡੀਓ ਟਾਕ ਸ਼ੋਅ ਹੈ ਸਾਇੰਸ ਫਰਡੇ ਉਹਦੇ ਵਿੱਚ ਗੱਲਬਾਤ ਦੇ ਦੌਰਾਨ ਇਹ ਗੱਲਾਂ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਸਾਰਿਆਂ ਦੇ ਨਾਲ ਜਿਦੇ ਵਿੱਚ ਉਹਨਾਂ ਨੇ ਕਿਹਾ ਕਿ ਦੇਖੋ ਦੁਬਾਰਾ ਤੋਂ ਜੇ ਚੰਦ ਦੀ ਗੱਲ ਕੀਤੀ ਹੈ ਤੁਹਾਨੂੰ ਪਤਾ ਹੈ ਚੰਦ ਦੇ ਉੱਪਰ ਕਹਿੰਨੇ ਸਭ ਤੋਂ ਪਹਿਲਾ ਪੈਰ ਰੱਖਿਆ ਸੀ ਨੀਲ ਆਮਸਟ੍ਰਾਂਗ ਜੀ ਤੇ ਹੁਣ ਦੁਬਾਰਾ ਤੋਂ ਕਹਿੰਦੇ ਵੀ ਇਹ ਹੋ ਸਕਦਾ ਹੈ ਵੀ ਜਦੋਂ ਅਸੀਂ ਚੰਦ ਦੇ ਉੱਪਰ ਇਨਸਾਨ ਭੇਜੀਏ ਤਾਂ ਉਹ ਵੀ ਇੱਕ ਔਰਤ ਹੋਵੇ ਵਾਹ ਕਿਆ ਬਾਤ ਹੈ ਸੋ ਕਹਿੰਦੇ ਕਿ ਇਹ ਅਸੀਂ ਇਨਸਾਨ ਨੂੰ ਭੇਜਣ ਦਾ ਜਿਹੜਾ ਮਿਸ਼ਨ ਹੈ ਉਹ ਲਾਂਚ ਕਰਨ ਵਾਲੇ ਆ ਬਹੁਤ ਜਲਦੀ ਜਿਹਦੇ ਵਿੱਚ ਜਿਹੜੀਆਂ ਔਰਤਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਜਾ ਸਕਦਾ ਔਰ ਇਸ ਤੋਂ ਅਗਲੀ ਜਿਹੜੀ ਖੁਸ਼ਖਬਰੀ ਹੋਏ ਇਹ ਕਹਿੰਦੇ ਕਿ ਇਸੇ ਮਹੀਨੇ ਦੇ ਅੰਤ ਦੇ ਵਿੱਚ ਹੋ ਸਕਦਾ ਹੈ ਕਿ ਪਹਿਲੀ ਵਾਰ ਜਿਹੜੀਆਂ ਸਿਰਫ ਮਹਿਲਾ ਪੁਲਾੜ ਯਾਤਰੀ ਨੇ ਉਹ ਉਹਨਾਂ ਦੀ ਟੀਮ ਪੁਲਾੜ ਦੇ ਵਿੱਚ ਚੱਲ ਕਦਮੀ ਯਾਨੀ ਕਿ ਸਪੇਸ ਵਾਕ ਕਰੇ ਜੀ ਔਰ ਏਜੰਸੀ ਦਾ ਇਹ ਕਹਿਣਾ ਹੈ ਕਹਿੰਦੇ ਕਿ ਰਾਸ਼ਟਰੀ ਮਹਿਲਾ ਮਹੀਨਾ ਕਿਉਂਕਿ ਤੁਹਾਨੂੰ ਪਤਾ ਹੋਵੇ ਮੈਂਸਡੇ ਨੇ ਕੱਲ ਕੇ ਗਏ ਰਾਸ਼ਟਰੀ ਮਹਿਲਾ ਮਹੀਨਾ ਹੈ ਇਹਦੇ ਵਿੱਚ ਪੁਲਾੜ ਯਾਤਰੀ ਮੈਕਲਨ ਤੇ ਕ੍ਰਿਸਟਿਨ ਕੋਚ ਇੱਕ ਕਮਾਂਦਰੀ ਸਪੇਸ ਸਟੇਸ਼ਨ ਦੇ ਬਾਹਰ ਕਹਿੰਦੇ ਕਰੀਬ 7 ਘੰਟੇ ਤੱਕ ਚੈਲ ਕਦਮੀ ਕਰਨ ਗਿਆ ਕੀ ਬਾਤ ਹੈ ਹੈਨਾ ਔਰ ਤੁਸੀਂ ਇਹ ਵੇਖੋ ਕਿ ਮੈਂ ਬੜੀ ਇਸ ਚੀਜ਼ ਨੂੰ ਲੈ ਕੇ ਖੁਸ਼ ਹੋਈ ਵੀ ਇਹ ਜਿਹੜੇ ਪ੍ਰਬੰਧਕ ਨੇ ਨਾਸਾ ਦੇ ਉਹਨਾਂ ਨੇ ਕਹਿਣਾ ਕਹਿੰਦੇ ਕਿ ਮੈਂ ਇਸ ਚੀਜ਼ ਨੂੰ ਬੜੇ ਮਾਣ ਦੇ ਨਾਲ ਕਹਿ ਸਕਾਂ ਕਦਾ ਵੀ ਇਹ ਜਿਹੜਾ ਟਾਈਮ ਚੱਲਦਾ ਪਿਆ ਜਿਹੜਾ ਵੇਲਾ ਹੈ ਇਹ ਇੱਕ ਸੁਨਹਿਰਾ ਵੇਲਾ ਚੱਲਦਾ ਪਿਆ ਜੇ ਆਪਾਂ ਵਿਗਿਆਨ ਦੀ ਗੱਲ ਕਰੀਏ ਤਾਂ ਉਸ ਮਾਮਲੇ ਦੇ ਵਿੱਚ ਪੁਲਾੜ ਵਿਗਿਆਨ ਦੇ ਮਾਮਲੇ ਦੇ ਵਿੱਚ ਵੀ ਇਹ ਇੱਕ ਸੁਨਹਿਰਾ ਵੇਲਾ ਚੱਲਦਾ ਪਿਆ ਔਰ ਅਸੀਂ ਇਹਦਾ ਵੱਧ ਤੋਂ ਵੱਧ ਲਾਭ ਲੈਣਾ ਚਾਹੁੰਦੇ ਆ ਔਰ ਕਹਿੰਦੇ ਕਿ ਅਸੀਂ ਕਹੇ ਲੋ ਵੀ 1978 ਦੀ ਜੇ ਗੱਲ ਕਰੀਏ ਤਾਂ 1978 ਦੇ ਵਿੱਚ ਜੇਕਰ ਪੁਲਾੜ ਯਾਤਰੀਆਂ ਦੀ ਗੱਲ ਕੀਤੀ ਜਾਏ ਤਾਂ ਉਸ ਵੇਲੇ 6 ਔਰਤਾਂ ਪੁਲਾੜ ਯਾਤਰੀ ਦਲ ਦੇ ਵਿੱਚ ਸ਼ਾਮਲ ਹੋਈਆਂ ਸੀ ਤੇ ਕਹਿੰਦੇ ਮੈਨੂੰ ਬੜਾ ਮਾਣ ਹੁੰਦਾ ਇਸ ਗੱਲ ਦੇ ਉੱਪਰ ਵੀ ਹੁਣ ਨਾਸਾ ਦੇ ਵਿੱਚ ਤਕਰੀਬਨ 34% ਦੀ ਪੁਲਾੜ ਯਾਤਰੀ ਔਰਤਾਂ ਨੇ ਕਿਆ ਬਾਤ ਹੈ 34% ਹੈ ਨਾ ਔਰ ਜੇ ਗੱਲ ਕੀਤੀ ਜਾਏ ਮੈਕਲੈਨ ਤੇ ਕ੍ਰਿਸਟਿਨ ਕੋਚ ਦੀ ਤਾਂ ਇਹ 2013 ਦੇ ਵਿੱਚ ਇਹ ਇਸ ਏਜੰਸੀ ਦਾ ਹਿੱਸਾ ਬਣਿਆ ਸੀ ਜਿਹਦੇ ਤੋਂ ਬਾਅਦ ਵਿੱਚ ਕਹਿੰਦੇ ਵੀ ਇਹਨਾਂ ਨੇ ਵੀ ਬਹੁਤ ਜ਼ਿਆਦਾ ਮਿਹਨਤ ਕੀਤੀ ਔਰ ਤੁਸੀਂ ਇਹ ਵੇਖੋ ਕਿ ਉਸ ਸਾਲ ਦੇ ਵਿੱਚ 1978 ਦੀ ਜਦੋਂ ਮੈਂ ਗੱਲ ਕੀਤੀ ਉਸ ਸਾਲ ਦੇ ਵਿੱਚ 6100 ਦੇ ਨੇੜੇ ਜਿਹੜੇ ਪੁਲਾੜ ਯਾਤਰੀ ਸੀ ਉਹਨਾਂ ਨੇ ਅਰਜ਼ੀਆਂ ਦਿੱਤੀਆਂ ਸੀ NASA ਨੂੰ ਵੀ ਅਸੀਂ ਤੁਹਾਡੇ ਨਾਲ ਜੁੜਨਾ ਚਾਹੁੰਦੇ ਆ ਤੇ ਉਹਦੇ ਵਿੱਚੋਂ ਦੇਖੋ 6 ਔਰਤਾਂ ਜਿਹੜੀਆਂ ਉਹ ਉਸ ਵੇਲੇ ਹਿੱਸਾ ਬੜੀਆਂ ਸੀ ਕੀ ਬਾਤ ਹੈ ਮੈਂ ਇਹ ਸੋਚ ਰਹੀ ਸੀਗੀ ਵੀ ਦੇਖੋ ਇਦਾਂ ਦੇ ਜਿਹੜੇ ਮਿਸ਼ਨ ਹੁੰਦੇ ਨੇ ਇਹਨਾਂ ਨੂੰ ਸਫਲ ਕਰਨ ਦੇ ਵਿੱਚ ਨਾ ਕਿੰਨਾ ਟਾਈਮ ਲੱਗਦਾ ਹੈ ਕਿ ਕਿੰਨੇ ਸਾਲਾਂ ਦੀ ਮਿਹਨਤ ਜਿਹੜੀ ਲੱਗਦੀ ਆ ਪਿੱਛੇ ਜੇ ਆਪਾਂ ਖਬਰ ਸਾਂਝੀ ਕੀਤੀ ਸੀਗੀ ਵੀ ਉੱਥੇ ਜਾ ਕੇ ਸਪੇਸ ਦੇ ਵਿੱਚ ਜਾ ਕੇ ਜਿਹੜੀ ਔਰਤ ਉਹ ਬੱਚੇ ਨੂੰ ਜਨਮ ਦੇਵੇਗੀ ਹੈ ਨਾ ਉਹਦੀ ਵੀ ਤਿਆਰੀ ਚੱਲ ਰਹੀ ਆ ਫਿਰ ਅਸੀਂ ਇਹ ਵੀ ਗੱਲ ਕੀਤੀ ਸੀ ਵੀ ਸਭ ਤੋਂ ਛੋਟੀ ਉਮਰ ਦੀ ਇੱਕ ਕੁੜੀ ਹੁਣ ਤੋਂ ਤਿਆਰੀ ਕਰ ਵੀ ਆ ਵੀ ਉਹ ਪੁਲਾੜ ਦੇ ਵਿੱਚ ਜਾਏਗੀ ਉਹਦੇ ਨਾਲ ਕੰਟਰੈਕਟ ਹੋ ਗਿਆ ਵੀ ਉਹਨੇ ਵਿਆਹ ਨਹੀਂ ਕਰਾਉਣਾ ਹਨਾ ਉਹਨੇ ਕੋਈ ਬੱਚਾ ਪੈਦਾ ਨਹੀਂ ਕਰਨਾ ਕਿੰਨੇ ਸਾਲਾਂ ਤੱਕ ਉਹ ਵਿਆਹ ਨਹੀਂ ਕਰਾਉਣਾ ਸਭ ਕਿੰਨੇ ਸਾਲਾਂ ਦੀ ਇਹ ਮਿਹਨਤ ਹੈ ਜਿਹੜੀ ਰੰਗ ਲਿਆਉਂਦੀ ਹੈ ਤੇ ਇਹ ਵੀ ਮਿਹਨਤ ਜਿਹੜੀ ਜ਼ਰੂਰ ਰੰਗ ਲਿਆਏਗੀ ਇਹਦੇ ਸੇ ਕਾਮਨਾ ਕਰਦੇ ਆ ਫਿਲਹਾਲ ਇੱਥੇ ਇੱਕ ਛੋਟਾ ਜਿਹਾ ਵਕਫਾ ਲੈਨੇ ਆ ਵਕਫੇ ਤੋਂ ਬਾਅਦ ਅੱਗ ਦੀਆਂ ਗੱਲਾਂ ਕਰਦੇ ਆ ਜੀ ਪ੍ਰਾਇਮੇਸ਼ਾ ਟੀਮ ਦੇ ਵਕਫੇ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਜੀ ਪ੍ਰੋਗਰਾਮ ਪ੍ਰਾਈਮ ਔਮਨ ਦੇ ਵਿੱਚ ਤੇ ਗੱਲਾਂ ਬਾਤਾਂ ਨੂੰ ਹੁਣ ਅੱਗੇ ਚਾਰੀ ਕਰਦੇ ਹਾਂ ਜੀ ਜੀ ਤੇ ਹੁਣ ਜਿਹੜੀ ਅਗਲੀ ਗੱਲ ਹੈ ਉਹ ਮੈਂ ਸੁਣਾਵਾਂ ਜਾਂ ਤੁਸੀਂ ਸਾਂਝੀ ਕਰੋਗੇ ਦੇਖ ਲਓ ਸੇਲ ਪੁਣੇ ਵਾਲੇ ਗੱਲ ਆ ਘਰ ਦੀ ਗੱਲ ਹੀ ਆ ਹੈਨਾ ਸਲਾਹ ਨਾਲ ਹੀ ਹੁੰਦੇ ਕੰਮ ਤਾਂ ਹੀ ਤਾਂ ਸਲਾਹ ਕਰ ਲਈ ਫਿਰ ਨਾ ਮੈਂ ਵੀ ਐਵੇਂ ਮੜ ਕੇ ਕੁੜੀ ਗੁੱਸੇ ਆ ਇਹ ਤੁਹਾਡੇ ਕੋਲ ਕੋਈ ਖੁਸ਼ਖਬਰੀ ਆ ਜੀ ਚਲ ਪਹਿਲਾਂ ਖੁਸ਼ਖਬਰੀ ਦੇ ਦਿੰਦੇ ਆ ਫਿਰ ਡਰਾਉਣੇ ਇਹਨਾਂ ਨੂੰ ਤੇਰੀ ਗੱਲਾਂ ਡਰਾਉਣ ਲੱਗੀਆਂ ਕੁਸਮ ਜੀ ਉਹ ਦੱਸੂੰਗੀ ਇਹ ਨਹੀਂ ਐਡੀ ਵੀ ਡਰਨ ਵਾਲੀ ਗੱਲ ਨਹੀਂ ਜੇ ਅਸੀਂ ਆਪ ਦਾ ਧਿਆਨ ਰੱਖੀਏ ਹੈਨਾ ਆਪਣੇ ਖਾਣ ਪਾਣ ਦਾ ਧਿਆਨ ਰੱਖੀਏ ਤਾਂ ਨਹੀਂ ਵੀ ਡਰਨ ਵਾਲੀ ਗੱਲ ਪਰ ਉਹਦੇ ਤੋਂ ਬਚਣਾ ਜ਼ਰੂਰੀ ਆ ਜੀ ਚਲੋ ਫਿਰ ਪਹਿਲਾਂ ਖੁਸ਼ਖਬਰੀ ਸਾਂਝੀ ਕਰ ਲੈ ਲਈਏ ਆ ਦੇਖੋ ਅਸਲ ਦੇ ਵਿੱਚ ਨਾ ਜਦੋਂ ਕੁਸਮ ਜੀ ਮੈਨੂੰ ਇੱਕ ਚੀਜ਼ ਦਾ ਜਵਾਬ ਦਿਓ ਤੁਸੀਂ ਕਿ ਆਪਾਂ ਹੁਣ ਸਮਾਜ ਦੇ ਵਿੱਚ ਵਿਚਰਦੇ ਆਂ ਤਰ੍ਹਾਂ ਤਰ੍ਹਾਂ ਦੇ ਲੋਕ ਮਿਲਦੇ ਨੇ ਆਪਾਂ ਜਦੋਂ ਗਲੀ ਰਸਤਿਆਂ ਦੇ ਵਿੱਚੋਂ ਵੀ ਨਿਕਲਦੇ ਆਂ ਤਾਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨੂੰ ਵੇਖਦੇ ਆਂ ਕਦੇ ਕਿਸੇ ਨੂੰ ਵੀਲਚੇਅਰ ਦੇ ਉੱਪਰ ਵੇਖਿਆ ਹੂੰ ਬਹੁਤ ਵਾਰ ਕਿਸ ਤਰ੍ਹਾਂ ਦਾ ਨਜ਼ਰੀਆ ਹੁੰਦਾ ਲੋਕਾਂ ਦਾ ਇੱਕ ਵੀਲਚੇਅਰ ਦੇ ਉੱਪਰ ਦੇਖ ਕੇ ਕਿਸੇ ਔਰਤ ਨੂੰ ਜਾਂ ਬੰਦੇ ਨੂੰ ਹਾਂ ਲੋਕਾਂ ਦਾ ਹੀ ਨਜ਼ਰੀਆ ਹੁੰਦਾ ਵੀ ਜਾਂ ਤਾਂ ਉਹਨੂੰ ਤਰਸ ਵਾਲੇ ਭਾਵ ਨਾਲ ਵੇਖਦੇ ਨੇ ਜਾਂ ਕਈ ਵਾਰੀ ਕਈ ਲੋਕ ਤਾਂ ਇਹੋ ਜਿਹਾ ਵਤੀਰਾ ਕਰ ਜਾਂਦੇ ਨੇ ਵੀ ਜਿਵੇਂ ਇਹ ਉਹਨਾਂ ਦੇ ਸਮਾਜ ਦਾ ਹੀ ਨਾ ਹੋਣ ਹਨਾ ਬਿਲਕੁਲ ਹੀ ਉਹਨਾਂ ਨੂੰ ਵੱਖਰਾ ਵਤੀਰਾ ਕਰ ਜਾਂਦੇ ਨੇ ਜਾਂ ਉਹਨਾਂ ਨੂੰ ਇਹ ਅਹਿਸਾਸ ਕਰਾ ਦਿੰਦੇ ਨੇ ਵੀ ਹ ਉਹ ਤੇ ਅਸੀਂ ਪੂਰੇ ਆ ਤੇ ਅਸੀਂ ਤੁਹਾਡੇ ਕੋਲੋਂ ਜ਼ਿਆਦਾ ਤਾਕਤਵਰ ਹਾਂ ਪਰ ਹਾਂ ਕੁਝ ਲੋਕ ਇਹੋ ਜਿਹੇ ਵੀ ਹੁੰਦੇ ਨੇ ਵੀ ਜਿਹੜੇ ਬਹੁਤ ਰਿਸਪੈਕਟ ਨਾਲ ਬੋਲਦੇ ਨੇ ਬਹੁਤ ਆਦਰ ਨਾਲ ਬੋਲਦੇ ਨੇ ਅ ਇੱਕ ਕੁੜੀ ਐ ਜੈਮ ਹਰਬਰਟ ਉਹਦਾ ਨਾਮ ਐ 34 ਸਾਲਾਂ ਦੀ ਉਹਦੀ ਉਮਰ ਐ ਉਹ ਕੁੜੀ व्हीਲ ਚੇਅਰ ਦੇ ਉੱਪਰ ਐ ਪਰ ਉਹ ਕਹਿੰਦੀ ਕਿ ਮੈਂ ਨਾ व्हीਲ ਚੇਅਰ ਦੇ ਉੱਪਰ ਜੋ ਬੈਠੀ ਹੁੰਨੀ ਆ ਤਾਂ ਮੈਨੂੰ ਲੋਕਾਂ ਦਾ ਵਤੀਰਾ ਬਿਲਕੁਲ ਨਹੀਂ ਚੰਗਾ ਲੱਗਦਾ ਚੰਗਾ ਉਹ ਨਾ ਮੈਨੂੰ ਇਸ ਤਰ੍ਹਾਂ ਦੇ ਨਾਲ ਵੇਖਦੇ ਨੇ ਵੀ ਜਿਵੇਂ ਮੈਂ ਨਾ ਪਤਾ ਨਹੀਂ ਕਿਹੜਾ ਗੁਨਾਹ ਕਰ ਦਿੱਤਾ ਹੁੰਦਾ ਤੇ ਕਹਿੰਦੇ ਉਹ ਕਹਿਣਗੇ ਕਿ ਹਾਏ ਇੰਨੀ ਸੋਹਣੀ ਕੁੜੀ ਇਹ व्हीलचेयर ਲਈ ਤਾਂ ਕਦੇ ਵੀ ਨਹੀਂ ਸੀ ਬਣੀ ਤੈਨੂੰ ਅਜੀਬ ਨਹੀਂ ਲੱਗਦਾ ਤੂੰ व्हीलचेयर ਤੇ ਬੈਠੀ ਆ ਹਨ ਤੇ ਉਹ ਕਹਿੰਦੀ ਵੀ ਇਦਾਂ ਦੇ ਜਦੋਂ ਸਵਾਲ ਕਰਦ ਨੇ ਐਦਾਂ ਦੀਆਂ ਜੋ ਗੱਲਾਂ ਉਹ ਕਰਦ ਨੇ ਤੇ ਇਹਦੇ ਨਾਲ ਮੈਨੂੰ ਹੌਸਲਾ ਤਾਂ ਕੀ ਮਿਲਣਾ ਉਲਟਾ ਮੇਰਾ ਮਨ ਬਹੁਤ ਜ਼ਿਆਦਾ ਦੁਖੀ ਹੁੰਦਾ ਤੇ ਮੈਂ ਵਿਚਾਰਾ ਜਿਹਾ ਮਹਿਸੂਸ ਕਰਦੀ ਹਾਂ ਮੈਨੂੰ ਵਿਚਾਰਾ ਜਿਹਾ ਮਹਿਸੂਸ ਕਰਵਾਉਂਦੇ ਹਨ ਤੇ ਇਹ ਜਿਹੜੀ ਕੁੜੀ ਹੈ ਪਰ ਇਹ ਵਿਚਾਰਾ ਜਾਂ ਮੰਨਣ ਵਾਲੀ ਹੈ ਨਹੀਂ ਹੋਣਾ ਵੀ ਨਹੀਂ ਚਾਹੀਦਾ ਇਹ ਡਟਣ ਵਾਲੀ ਕੁੜੀ ਹੈ ਕਿਉਂਕਿ ਇਹਦੀ ਬਦੌਲਤ ਮੈਨੂੰ ਲੱਗਦਾ ਲੱਖਾਂ ਲੋਕਾਂ ਨੂੰ ਜ਼ਿੰਦਗੀ ਮਿਲੀ ਹੋਏਗੀ ਇਹ ਜਿਹੜੀ ਕੁੜੀ ਹੈ ਇਹ ਨਾ ਅਸਲ ਵਿੱਚ ਜਦੋਂ ਉਹ ਛੋਟੀ ਸੀ ਬਚਪਨ ਦੇ ਵਿੱਚ ਇੱਕ ਓਪਨ ਹਾਰਟ ਸਰਜਰੀ ਹੋਈ ਹੂੰ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਦੀ ਜਿਹੜੀ ਰੀਡ ਦੀ ਹੱਡੀ ਸੀ ਜਿਹੜੀ ਬੈਕਬੋਨ ਸੀ ਉਹਦੇ ਵਿੱਚ ਕਹਿੰਦੇ ਕਿ ਹਨਾ ਕੋਈ ਸਪਾਈਨਲ ਕੋਰਡ ਦੇ ਵਿੱਚ ਇੰਜਰੀ ਹੋ ਗਈ ਜਿਸ ਦੇ ਕਰਕੇ ਚੱਲਣ ਫਿਰਨ ਦੇ ਵਿੱਚ ਅਸਮਰੱਥ ਹੋ ਗਈ ਤੁਰ ਫਿਰ ਨਹੀਂ ਸਕਦੀ ਸੀ ਤੇ ਉਸ ਤੋਂ ਬਾਅਦ ਇਹਨੂੰ व्हीਲਚੇਅਰ ਦਾ ਸਹਾਰਾ ਲੈਣਾ ਪਿਆ ਪਰ ਮਨ ਦੇ ਵਿੱਚ ਸ਼ੌਂਕ ਬੜੇ ਸੀ ਸੁਪਨੇ ਬੜੇ ਵੱਡੇ ਸੀ ਤੇ ਉਹਨਾਂ ਸੁਪਨਿਆਂ ਨੂੰ ਹਾਸਲ ਕਰਨਾ ਚਾਹੁੰਦੀ ਸੀ ਇਹਦੇ ਲਈ ਉਹਨੇ ਕੀ ਕੀਤਾ ਕਿ ਕਹਿੰਦੇ ਕਿ ਸ਼ੁਰੂ ਤੋਂ ਹੀ ਕੁਝ ਲਿਖਣਾ ਸ਼ੁਰੂ ਕਰਤਾ ਹਨਾ ਪੜ੍ਹਨਾ ਸ਼ੁਰੂ ਕਰ ਦਿੱਤਾ ਜਿਸ ਤੋਂ ਬਾਅਦ ਦੇ ਵਿੱਚ ਉਹਨੇ ਬਤੌਰ ਕੰਟੈਂਟ ਰਾਈਟਰ ਆਪਣਾ ਜਿਹੜਾ ਕਰੀਆ ਹੈ ਉਹਨੂੰ ਬਣਾਇਆ ਕੀ ਬਾਤ ਹੈ ਠੀਕ ਹੈ ਇੱਥੇ ਹੀ ਬਸ ਨਹੀਂ ਉਹਨੇ ਲੋਕਾਂ ਦੇ ਲਈ ਨਾ ਇੱਕ YouTube ਚੈਨਲ ਸ਼ੁਰੂ ਕੀਤਾ ਅੱਛਾ ਉਸ YouTube ਚੈਨਲ ਦਾ ਨਾਮ ਹੈ ਹੀਲਸ ਨੋ ਹੀਲਸ ਉਹ ਵਾਹ ਇਹ ਉਹਦਾ ਨਾਮ ਹੈ ਬੜਾ ਨਾਮ ਇੰਟਰਸਟਿੰਗ ਹੈ ਹਾਂ ਔਰ ਇਹ YouTube ਚੈਨਲ ਹੈ ਇਸ ਚੈਨਲ ਦੀ ਖਾਸੀਅਤ ਇਹ ਹੈ ਵੀ ਇਹ ਇਸ ਚੈਨਲ ਦੇ ਉੱਪਰ ਆਪਣੇ ਵਰਗੇ ਜਿਹੜੇ ਹੋਰ ਲੋਕ ਸਰੀਰਕ ਤੌਰ ਤੇ ਅਸਮਰਥ ਨੇ ਉਹਨਾਂ ਨੂੰ ਜਿਉਣ ਦੇ ਤਰੀਕੇ ਦੱਸਦੀ ਹੈ ਤੇ ਉਹਨਾਂ ਨੂੰ ਇਹ ਸਮਝਾਉਂਦੀ ਹੈ ਕਿ ਤੁਸੀਂ ਜਿਵੇਂ ਹੋ ਇਦਾਂ ਹੀ ਆਪਣੇ ਆਪ ਨੂੰ ਸਵੀਕਾਰ ਕਰੋ ਹੂੰ ਤੇ ਆਪਣੀ ਜ਼ਿੰਦਗੀ ਨੂੰ ਚੰਗੇ ਢੰਗ ਨਾਲ ਜਿਓ। ਦੇਖੋ ਜ਼ਿੰਦਗੀ ਜੀਣ ਦੇ ਦੋ ਹੀ ਨਜ਼ਰੀਏ ਹੋ ਸਕਦੇ ਹਨਾ ਇੱਕ ਤਾਂ ਉਹ ਲੋਕ ਹੁੰਦੇ ਆ ਵੀ ਜਿਨ੍ਹਾਂ ਕੋਲ ਸਾਰਾ ਕੁਝ ਹੀ ਹੁੰਦਾ ਪਰ ਉਹਨਾਂ ਨੂੰ ਆਪਣੀਆਂ ਕਮੀਆਂ ਦਿਖਦੀਆਂ ਰਹਿੰਦੀਆਂ ਨੇ। ਕਿਹੜੀਆਂ ਸਾਡੇ ਕੋਲ ਔਣਤਾਈਆਂ ਨੇ ਉਹਨਾਂ ਨੂੰ ਲੈ ਕੇ ਝੂਰਦੇ ਰਹਿੰਦੇ ਨੇ ਤੇ ਜੋ ਕੁਝ ਹੁੰਦਾ ਉਹ ਵੀ ਗਵਾ ਲੈਂਦੇ ਨੇ। ਦੂਜਾ ਨਜ਼ਰੀਆ ਇਹ ਹੁੰਦਾ ਵੀ ਜਿਨ੍ਹਾਂ ਲੋਕਾਂ ਕੋਲ ਪਹਿਲਾਂ ਹੀ ਬਹੁਤ ਕਮੀਆਂ ਹੁੰਦੀਆਂ ਨੇ ਪਰ ਫਿਰ ਵੀ ਉਹ ਵੇਖਦੇ ਨੇ ਵੀ ਪੋਜ਼ਿਟਿਵ ਚੀਜ਼ ਕੀ ਆ ਸਾਡੀ ਜ਼ਿੰਦਗੀ 'ਚ ਅਸੀਂ ਕੀ ਕਰ ਸਕਦੇ ਆ ਜੋ ਨਹੀਂ ਕਰ ਸਕਦੇ ਉਹ ਤਾਂ ਪਤਾ ਹੀ ਵੀ ਨਹੀਂ ਕਰ ਸਕਦੇ ਪਰ ਕਰ ਕੀ ਸਕਦੇ ਆ ਉਹਦੇ 'ਵੱਲ ਜੇ ਆਪਣਾ ਪੂਰਾ એનર્ਜੀ ਉਹਦੇ 'ਵੱਲ ਪੂਰਾ ਫੋਕ ਮੈਂ ਇਹਨੇ ਲਗਾਇਆ ਵੀ ਠੀਕ ਆ ਜੇ ਮੈਂ ਲੱਤਾਂ ਤੋਂ ਕੰਮ ਨਹੀਂ ਲੈ ਸਕਦੀ ਮੇਰੇ ਹੱਥ ਤਾਂ ਹੈਗੇ ਨੇ ਨਾ ਮੈਂ ਕੰਟੈਂਟ ਟਰਾਈਟਰ ਬਣ ਸਕਦੀ ਆ ਮੈਂ ਟਾਈਪਿੰਗ ਕਰ ਸਕਦੀ ਆ ਸੋ ਬਹੁਤ ਸਾਰੀਆਂ ਸੰਭਾਵਨਾਵਾਂ ਕਈ ਵਾਰੀ ਹੁੰਦੀਆਂ ਨੇ ਸਾਡੇ ਆਲੇ ਦੁਆਲੇ ਸਾਨੂੰ ਵਿਖਦੀਆਂ ਨਹੀਂ ਜੀ ਔਰ ਤੁਸੀਂ ਇਹ ਵੇਖੋ ਕਿ ਕਿਉਂਕਿ ਬੰਦਾ ਕਹਿੰਦੇ ਜਿਹੜਾ ਆਪ ਉਹ ਨਾ ਸਮੱਸਿਆਵਾਂ ਦੇ ਵਿੱਚੋਂ ਨਿਕਲ ਰਿਹਾ ਹੋਵੇ ਉਹ ਦੂਜੇ ਨੂੰ ਆਪਣੇ ਵਰਗੇ ਨੂੰ ਉਹਨਾਂ ਚੀਜ਼ਾਂ ਦੇ ਬਾਰੇ ਚੰਗੀ ਤਰ੍ਹਾਂ ਜਾਣੂ ਕਰਵਾ ਸਕਦਾ ਹੈ ਹੌਸਲਾ ਦੇ ਸਕਦਾ ਸੋ ਉਹੀ ਕੰਮ ਇਹ ਕੁੜੀ ਕਰਦੀ ਹੈ ਕਿਹੜੇ ਤਰੀਕੇ ਦੱਸਦੀ ਹੈ ਲੋਕਾਂ ਨੂੰ ਵੀ ਤੁਸੀਂ ਆਪਣੀਆਂ ਕਮੀਆਂ ਨੂੰ ਸਵੀਕਾਰ ਕਰਕੇ ਕਿਵੇਂ ਅੱਗੇ ਵਧਣਾ ਹੈ ਤੇ ਕਿਵੇਂ ਚੰਗੀ ਜ਼ਿੰ ਠੀਕ ਹੈ ਲੋਕ ਇਸ ਵੇਲੇ ਬਹੁਤ ਸਾਰੇ ਫੋਲੋਅਰਸ ਵੀ ਨੇ ਉਹ ਮੈਨੂੰ ਵੇਖਦੇ ਨੇ ਮੇਰੀਆਂ ਗੱਲਾਂ ਮੰਨਦੇ ਵੀ ਨੇ ਹਨਾ ਪਰ ਇੱਕ ਚੀਜ਼ ਜਿਹੜੀ ਮੈਨੂੰ ਜਿਹੜੇ ਲੋਕ ਪੂਰਨ ਤੌਰ ਦੇ ਉੱਪਰ ਸਮਰੱਥ ਨੇ ਉਹਨਾਂ ਦੀ ਸਮਝ ਨਹੀਂ ਆਉਂਦੀ ਉਹ ਮੈਂ ਉਹਦੀ ਇਸ ਗੱਲ ਨਾਲ ਪੂਰਨ ਤੌਰ ਤੇ ਸਹਿਮਤ ਹਾਂ ਉਹ ਕਹਿੰਦੇ ਵੀ ਉਹ ਇਹ ਕਿ ਲੋਕ ਨਾ ਮੈਨੂੰ ਵੀ ਠੀਕ ਹੈ ਸਰੀਰਕ ਤੌਰ ਤੇ ਮੈਂ ਜ਼ਰੂਰ ਅਸਮਰੱਥ ਹਾਂ ਪਰ ਲੋਕ ਮੈਨੂੰ ਮਾਨਸਿਕ ਤੌਰ ਤੇ ਅਸਮਰੱਥ ਸਮਝਣ ਲੱਗ ਜਾਂਦੇ ਨੇ ਕਿ ਜਿਵੇਂ ਮੈਨੂੰ ਸ਼ਾਇਦ ਕੁਝ ਪਤਾ ਹੀ ਨਹੀਂ ਲੱਗਦਾ ਜਿਵੇਂ ਮੈਂ ਦਿਮਾਗੀ ਤੌਰ ਤੇ ਮੇਰੇ ਚ ਕੋਈ ਸਮੱਸਿਆ ਹੈ ਫਿਰ ਹੋਰ ਤਾਂ ਹੋਰ ਕਹਿੰਦੇ ਮੇਰੇ ਨਾਲ ਬੱਚਿਆਂ ਦੀ ਤਰ੍ਹਾਂ ਗੱਲ ਕਰਨ ਲੱਗ ਜਾਣਗੇ ਹੈਨਾ ਉਮੀਦੀ ਆਵਾਜ਼ ਦੇ ਵਿੱਚ ਉਮੀਦੀ ਕਹਿ ਲਓ ਵੀ ਉਸ ਤਰੀਕੇ ਨਾਲ ਜਿਵੇਂ ਕਿਸੇ ਨਿਆਣੇ ਨਾਲ ਗੱਲ ਕਰੀ ਦੀ ਐ ਇਸ ਤਰੀਕੇ ਨਾਲ ਮੇਰੇ ਨਾਲ ਗੱਲਾਂ ਕਰਨ ਲੱਗ ਚੁੱਕੇ ਹੈ ਕਈ ਵਾਰੀ ਹਰਮਨ ਜੀ ਇਹ ਹੁੰਦਾ ਵੀ ਆਪਣੇ ਵਿੱਚ ਅਸੀਂ ਬਹੁਤ ਜ਼ਿਆਦਾ ਪੋਜ਼ਿਟਿਵ ਹੁੰਨੇ ਆ ਸਾਨੂੰ ਕੋਈ ਸਮੱਸਿਆ ਹੁੰਦੀ ਨਹੀਂ ਪਰ ਲੋਕ ਨਾ ਸਾਨੂੰ ਕਹਿ ਕਹਿ ਕੇ ਉਹਦੇ ਵੱਲ ਧਿਆਨ ਦਿਵਾਉਣਾ ਸ਼ੁਰੂ ਕਰ ਦਿੰਦੇ ਆ ਹੁਣ ਇਹ ਹੀ ਦੇਖ ਲਓ ਵੀ ਕਈ ਵਾਰੀ ਅਸੀਂ ਆਪਣੇ ਆਪ ਦੇ ਕੰਮ 'ਚ ਲੱਗੇ ਹੁੰਨੇ ਆ ਸਾਨੂੰ ਪਤਾ ਹੀ ਨਹੀਂ ਹੁੰਦਾ ਤੇ ਲੋਕ ਕਹਿਣ ਅੱਛਾ ਤੁਹਾਡੀ ਕੁੜੀ ਦੀ ਉਮਰ ਹੋ ਗਈ ਹੈ ਵਿਆਹ ਨਹੀਂ ਕਰਨਾ ਇਹਦਾ ਹੈ ਨਾ ਬੰਦੇ ਨੂੰ ਆਪਣੇ ਆਪ ਟਾਈਮ ਲੱਗਦਾ ਰਹਿੰਦਾ ਹਾਏ ਵੀ ਪਤਾ ਨਹੀਂ ਮੈਂ ਰਹਿ ਹੀ ਗਈਆਂ ਮੈਂ ਰਹੀ ਹੋਈਆਂ ਦੂਜਿਆਂ ਆਈ ਨਹੀਂ ਹੁੰਦਾ ਕਰੇ ਉਹਦਾ ਕੋਈ ਖਾਸ ਕਾਰਣੀ ਆ ਜੀ ਸਹੀ ਗੱਲ ਕਈ ਵਾਰੀ ਨਾ ਆਪਣੇ ਆਪ ਨੂੰ ਬੰਦੇ ਨੂੰ ਪਤਾ ਨਹੀਂ ਹੁੰਦਾ ਪਰ ਲੋਕ ਤੁਹਾਨੂੰ ਉਹ ਟੁੰਬਦੇ ਰਹਿੰਦੇ ਨੇ ਉਹ ਚੁੰਝ ਜੀ ਭਰਦੇ ਰਹਿੰਦੇ ਨੇ ਵੀ ਹਾਂ ਤੁਹਾਡੇ 'ਚੇ ਕਮੀ ਹੈਗੀ ਆ ਵਿਚਾਰਾ ਬਣਾ ਕੇ ਰੱਖ ਦਿੰਦੇ ਉਹ ਕਹਿੰਦੇ ਵੀ ਜਦੋਂ ਲੋਕ ਮੈਨੂੰ ਇਸ ਤਰੀਕੇ ਦੇ ਨਾਲ ਬੁਲਾਉਂਦੇ ਨੇ ਜਾਂ ਮੇਰੇ ਨਾਲ ਐਵੇਂ ਵਿਚਰਦੇ ਨੇ ਤਾਂ ਮੈਨੂੰ ਬਹੁਤ ਬੁਰਾ ਲੱਗਦਾ ਕਿਉਂਕਿ ਮੇਰਾ ਇਹ ਮੰਨਣਾ ਇਹ ਹੈ ਕਿ ਮੇਰੇ ਵਿੱਚ ਚਾਹੇ ਸਰੀਰਕ ਤੌਰ ਤੇ ਕੋਈ ਕਮੀ ਹੋਵੇ ਪਰ ਮੈਂ ਤੁਹਾਡੀ ਤਰ੍ਹਾਂ ਸੰਪੂਰਨ ਹਾਂ ਬਿਲਕੁਲ ਮੇਰੇ 'ਚ ਕੋਈ ਕਮੀ ਨਹੀਂ ਹੈਗੀ ਜਿਹੜੀ ਤੁਹਾਨੂੰ ਦਿਖ ਰਹੀ ਹੈ ਇਹ ਤੁਹਾਡੀ ਗਲਤ ਫਹਮ ਹੈ ਮੈਂ ਸਾਰਾ ਕੁਝ ਕਰ ਸਕਦੀ ਹਾਂ ਦੇਖੋ ਜਿਹੜਾ ਸਾਡਾ ਕਿਸੇ ਦਾ ਕੋਈ ਅੰਗ ਨਹੀਂ ਚੱਲ ਰਿਹਾ ਮੈਨੂੰ ਇਹ ਲੱਗਦਾ ਹੁੰਦਾ ਵੇ ਕੁਦਰਤ ਨੇ ਉਹਦੇ ਬਾਕੀ ਸਰੀਰ ਦੇ ਵਿੱਚ ਉਹ ਸੰਗ ਦੀ ਵੀ ਜਾਨ ਪਾਈ ਹੁੰਦੀ ਆ ਮੇਰੇ ਪਿਤਾ ਜੀ ਹਮੇਸ਼ਾ ਕਹਿੰਦੇ ਹੁੰਦੇ ਨੇ ਵੀ ਜੇਕਰ ਕੋਈ ਬੰਦਾ ਸਰੀਰਕ ਤੌਰ ਤੇ ਅਸਮਰੱਥ ਹੁੰਦਾ ਤਾਂ ਪਰਮਾਤਮਾ ਨੇ ਉਹਨੂੰ ਇੱਕ ਅੰਗ ਵਾਧੂ ਲਾਇਆ ਵਾਧੂ ਲਾਇਆ ਹੁੰਦਾ ਕਿਉਂਕਿ ਉਹ ਜਿਹੜੀ ਉਹਦੇ ਲੱਤਾਂ ਵਿੱਚ એનર્ਜੀ ਨਹੀਂ ਹੈਗੀ ਜਿੰਨੀ ਸਾਡੇ ਵਿੱਚ ਆ ਸੋ ਕਦੇ ਵੀ ਇਹਨਾਂ ਨੂੰ ਆਪਣੇ ਤੋਂ ਵੱਖਰੇ ਨਹੀਂ ਸਮਝਣਾ ਚਾਹੀਦਾ ਆਪਣੇ ਤੋਂ ਵਿਚਾਰੇ ਨਹੀਂ ਸਮਝਣਾ ਚਾਹੀਦਾ ਮੈਨੂੰ ਲੱਗਦਾ ਹੈ ਕਿ ਜੇ ਅਸੀਂ ਇਹਨਾਂ ਦਾ ਹੌਸਲਾ ਵਧਾਈਏ ਤਾਂ ਇਹ ਸਾਡੇ ਤੋਂ ਵੀ ਕਿਤੇ ਗੁਣਾ ਵੱਧ ਕੰਮ ਕਰ ਸਕਦੇ ਨੇ ਜੀ ਮੈਂ ਵੀ ਇਹੀ ਕਹਿੰਦੀ ਆ ਉਹ ਕਹਿੰਦੀ ਕਿ ਮੈਂ ਵੀ ਸਾਰੇ ਕੰਮ ਕਰ ਸਕਦੀ ਆ ਤੇ ਮੈਨੂੰ ਇਸ ਚੀਜ਼ ਦਾ ਕੋਈ ਮਲਾਲ ਨਹੀਂ ਹੈਗਾ ਬਾਕੀ ਗੱਲ ਇਹ ਵੀ ਮੈਂ ਇਹ ਸੁਨੇਹਾ ਜ਼ਰੂਰ ਸਾਰਿਆਂ ਨੂੰ ਦੇਣਾ ਚਾਹੁੰਦੀ ਵੀ ਜਦੋਂ ਵੀ ਕਿਤੇ ਸਾਨੂੰ ਕੋਈ ਇਹੋ ਜਿਹਾ ਇਨਸਾਨ ਮਿਲੇ ਜਿਹੜਾ ਕਿ ਮਾਨਸਿਕ ਤੌਰ ਤੇ ਥੋੜਾ ਬੁਝਿਆ ਹੋਇਆ ਹੋਵੇ ਸਰੀਰਕ ਤੌਰ ਦੇ ਉਪਰ ਸਮਰੱਥ ਹੋਵੇ ਕਿਤਨਾ ਕਿਤੇ ਤਾਂ ਸਾਨੂੰ ਉਹਦੇ ਚ ਹੋਰ ਉਹਨੂੰ ਜ਼ਿਆਦਾ ਟੁਮ ਬਣਾ ਨਹੀਂ ਚਾਹੀਦਾ ਜੀ ਜੀ ਤੂੰ ਕਿੱਦਾਂ ਕਰਦੀ ਹੋਂ ਇੰਨਾ ਮਾੜਾ ਹੋਇਆ ਜੋ ਆਮ ਤੌਰ ਤੇ ਸਾਡੀ ਆਦਤ ਹੈ ਮੈਨੂੰ ਲੱਗਦਾ ਵੀ ਸਾਨੂੰ ਨੂੰ ਇਹ ਅਹਿਸਾਸ ਦਿਵਾਉਣਾ ਚਾਹੀਦਾ ਵੀ ਯਾਰ ਕਾਦੀ ਕਮੀ ਹੈ ਚੱਲ ਆ ਚੱਲੀਏ ਹਨਾ ਕੋ ਤੂੰ ਸਾਰਾ ਕੁਝ ਕਰ ਸਕਦੀ ਹੈ ਕੋਈ ਐਸੀ ਜਿਹੜਾ ਸਾਡਾ ਸਿਸਟਮ ਆ ਜਿਵੇਂ ਕਿ ਬੱਸਾਂ ਦੇ ਵਿੱਚ ਇਹਨਾਂ ਮੈਨੂੰ ਲੱਗਦਾ ਵੀ ਇਹ ਅੱਗੇ ਹੁਣ ਚਲੋ ਪਹਿਲਾਂ ਜੋ ਜੋ ਹੋ ਗਿਆ ਉਹ ਤਾਂ ਠੀਕ ਹੈ ਅੱਗੇ ਤੋਂ ਇਹ ਧਿਆਨ ਰੱਖਣਾ ਚਾਹੀਦਾ ਸਰਕਾਰਾਂ ਨੂੰ ਵੀ ਔਰ ਜਿਹੜੀਆਂ ਕੰਪਨੀਆਂ ਇਸੇ ਚੀਜ਼ਾਂ ਬਣਾਉਂਦੀਆਂ ਨੇ ਵੀ ਬੱਸਾਂ ਦੇ ਵਿੱਚ ਇਹਨਾਂ ਨੂੰ ਚੜਨ ਦੇ ਵਿੱਚ ਕੋਈ ਸਮੱਸਿਆ ਨਾ ਹੋਵੇ ਜਿੰਗਸ ਡਿਵਿਡਿੰਗਸ ਦੇ ਵਿੱਚ ਚੜਨ ਦੇ ਵਿੱਚ ਕੋਈ ਸਮੱਸਿਆ ਨਾ ਇੰਤਜ਼ਾਮ ਹੋਣੇ ਚਾਹੀਦੇ ਆ ਤਾਂ ਕਿ ਇਹਨਾਂ ਨੂੰ ਬਿਲਕੁਲ ਇਹ ਫੀਲ ਹੋਵੇ ਵੀ ਹਾਂ ਸਾਡੇ ਲਈ ਇੱਕ ਖਾਸ ਤਰ੍ਹਾਂ ਦੇ ਜਿਹੜੇ ਸਿਸਟਮ ਉਹ ਕੀਤੇ ਗਏ ਨੇ ਇਹ ਇਹ ਅਹਿਸਾਸ ਦਿਵਾਉਣ ਦੀ ਲੋੜ ਆ ਬਾਕੀ ਅਸੀਂ ਜੋ ਤੁਸੀਂ ਨਾਮ ਦੱਸਿਆ ਜੈਮ ਜੀ ਜੈਮ ਨੂੰ ਅਸੀਂ ਸਲਾਮ ਕਰਦੇ ਆ ਉਹਦੇ ਜਜ਼ਬੇ ਦੇ ਲਈ ਔਰ ਇਹ ਜਜ਼ਬਾ ਹਮੇਸ਼ਾ ਕੁਦਰਤ ਉਹਦੇ ਵਿੱਚ ਪਾਈ ਰੱਖੇ ਬਣਾਈ ਰੱਖੇ ਇਹ ਹੀ ਅਸੀਂ ਆਸ ਕਰਦੇ ਆ ਔਰ ਇਹਨੂੰ ਵੇਖ ਕੇ ਹੋਰ ਲੱਖਾਂ ਲੋਕ ਜੀਉਣ ਦੀ ਇੱਕ ਨਵੀਂ ਕਿਰਨ ਲੱਭ ਸਕਣ ਤੇ ਜੀਉਣ ਦੇ ਢੰਗ ਤਰੀਕੇ ਸਿੱਖ ਸਕਣ ਇਹਦੀ ਵੀ ਅਸੀਂ ਜ਼ਰੂਰ ਕਾਮਨਾ ਕਰਦੇ ਆ ਜੀ ਹੁਣ ਮੈਂ ਜਿਹੜੀ ਗੱਲ ਕਰਦੀ ਸੀ ਵੀ ਪਹਿਲਾਂ ਡਰਣ ਵਾਲੀ ਡਰਣ ਵਾਲੀ ਤਾਂ ਚਿੰਤਾ ਕਰਨ ਵਾਲੀ ਗੱਲ ਤਾਂ ਉਹ ਜ਼ਰੂਰ ਹੈ ਪਰ ਉਹ ਗਲਤੀਆਂ ਵੀ ਸਾਡੀਆਂ ਨੇ ਜਿਹੜੀਆਂ ਸਾਨੂੰ ਭੁਗਤਣੀਆਂ ਪੈ ਰਹੀਆਂ ਨੇ ਮੈਂ ਇੱਕ ਰਿਸਰਚ ਪੜ੍ਹ ਰਹੀ ਸੀ ਉਹਦੇ ਵਿੱਚ ਇਹ ਲਿਖਿਆ ਹੋਇਆ ਸੀ ਆਪਾਂ ਹਰ ਰੋਜ਼ ਗੱਲ ਕਰਦੇ ਹਾਂ ਵੀ ਜਿਹੜੀ ਕੈਂਸਰ ਵਰਗੀ ਬਿਮਾਰੀ ਆ ਉਹ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਆ ਖਾਸ ਕਰਕੇ ਪੰਜਾਬ ਦੇ ਵਿੱਚ ਹੁਣ ਇੱਕ ਨਵੀਂ ਰਿਸਰਚ ਹੋਈ ਆ ਵੀ ਜਿਹੜੀਆਂ ਬੀਬੀਆਂ ਨੂੰ ਜਿਹੜਾ ਕੈਂਸਰ ਹੁੰਦਾ ਉਸ ਕੈਂਸਰ ਦਾ ਇੱਕ ਸਭ ਤੋਂ ਵੱਡਾ ਕਾਰਨ ਇਹ ਹੈ ਕਿ ਜਿਨ੍ਹਾਂ ਬੀਬੀਆਂ ਨੂੰ ਗਰਭ ਧਾਰਨ ਕਰਨ ਦੇ ਵਿੱਚ ਅਸਮਰੱਥਾ ਹੁੰਦੀ ਹੈ ਜਿਨ੍ਹਾਂ ਬੀਬੀਆਂ ਦੇ ਵਿੱਚ ਕਿ ਉਹ ਗਰਭ ਧਾਰਨ ਨਹੀਂ ਕਰ ਸਕਦੀਆਂ ਉਹਨਾਂ ਦੇ ਵਿੱਚ ਕੈਂਸਰ ਹੋਣ ਦਾ ਖਤਰਾ ਜ਼ਿਆਦਾ ਹੁੰਦਾ ਹੈ। ਉਹ ਸੋ ਇਹ ਵੀ ਇੱਕ ਉਹਦੇ ਕਾਰਨਾਂ ਦੇ ਵਿੱਚ ਇਹ ਸ਼ਾਮਿਲ ਹੋ ਗਿਆ ਹੈ ਕਿ ਇਹਨਾਂ ਔਰਤਾਂ ਨੂੰ ਕੈਂਸਰ ਦਾ ਖਤਰਾ ਜਿਹੜਾ ਵੱਧ ਹੋ ਸਕਦਾ ਹੈ ਕਿਉਂਕਿ ਅਮਰੀਕਾ ਦੇ ਵਿੱਚ ਸਟੈਂਫੋਰਡ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਇਹ ਜਿਹੜੀ ਆ ਰਿਸਰਚ ਕੀਤੀ ਹੈ ਔਰ ਉਹਨਾਂ ਨੇ ਇਹ ਵੀ ਪਾਇਆ ਕਿ ਗਰਭ ਧਾਰਨ ਕਰਨ ਵਿੱਚ ਅਸਮਰੱਥ ਜਿਹੜੀਆਂ ਔਰਤਾਂ ਨੇ ਉਹ 64345 ਔਰਤਾਂ ਦਾ ਜਿਹੜਾ 4 ਸਾਲ ਤੱਕ ਉਹਨਾਂ ਨੇ ਪ੍ਰੀਖਣ ਕਰਨ ਤੋਂ ਬਾਅਦ ਇਹ ਦਾਵਾ ਕੀਤਾ ਹੈ। ਜੀ 64345 ਔਰਤਾਂ ਤੇ ਉਹਨਾਂ ਨੇ ਇੱਕ ਅਧਿਐਨ ਕੀਤਾ ਉਸ ਤੋਂ ਬਾਅਦ ਉਹਨਾਂ ਨੇ ਇਹ ਨਤੀਜਾ ਕੱਢਿਆ ਕਿ ਇਹ ਜੜੀਆਂ ਔਰਤਾਂ ਨੇ ਇਹਨਾਂ ਦੇ ਵਿੱਚ ਕੈਂਸਰ ਦਾ ਖਤਰਾ ਜ਼ਿਆਦਾ ਹੁੰਦਾ ਹੈ ਦੇਖੋ ਗੱਲ ਇਹ ਵੀ ਅੱਜ ਕੱਲ ਇਹ ਸਮੱਸਿਆ ਵੱਧ ਹੀ ਬਹੁਤ ਜ਼ਿਆਦਾ ਗਈ ਹੈ ਹੈਨਾ ਕਿਉਂਕਿ ਮੇਰੀ ਇੱਕ ਡਾਕਟਰ ਦੇ ਨਾਲ ਇਹ ਇਸ ਬਾਬਤ ਗੱਲ ਹੋਈ ਸੀ ਇਸ ਵੇਲੇ ਜੇ ਆਪਾਂ ਪੰਜਾਬ ਦੀ ਗੱਲ ਕਰੀਏ ਪੰਜਾਬ ਦੇ ਤੁਸੀਂ ਵੇਖਿਆ ਹੋਵੇਗਾ ਆਈਵੀਐਫ ਸੈਂਟਰਸ ਜਿਹੜੇ ਨੇ ਉਹ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਵੱਧ ਗਏ ਨੇ ਹੈਨਾ ਹਰ ਪਾਸੇ ਉਹਨਾਂ ਦੇ ਹੋਟਿੰਗਸ ਤੁਹਾਨੂੰ ਲੱਗੇ ਹੋਏ ਮਿਲਣ ਗਏ ਐਡਾ ਦੇਖਣ ਨੂੰ ਮਿਲਣ ਗਿਆ ਸੋ ਮੈਂ ਉਹਨਾਂ ਨੂੰ ਪੁੱਛਿਆ ਵੀ ਦਾ ਕਾਰਨ ਕੀ ਹੈ ਵੀ ਇੱਕਦਮ ਪ ਚੰਨੇ ਜ਼ਿਆਦਾ ਕੇਂਦਰ ਕਿਉਂ ਖੁੱਲ ਗਏ ਹੈ ਨਾ ਤੁਹਾਨੂੰ ਦੱਸਿਆ ਵੀ ਸਾਡਾ ਖਾਣ ਪੀਣ ਇੱਕ ਮੁੱਖ ਵਜ੍ਹਾ ਹੈ ਜਿਹਦੇ ਕਰਕੇ ਇਸ ਵੇਲੇ ਇਹ ਜਿਹੜੀ ਕਹਿ ਲੋ ਵੀ ਬਾਂਝਪਨ ਦਾ ਜਿਹੜਾ ਹੈ ਨਾ ਜਿਹੜੀ ਸਮੱਸਿਆ ਹੈ ਜਾਂ ਔਰਤਾਂ ਜਲਦੀ ਕਨਸੀਵ ਨਹੀਂ ਕਰ ਪਾਉਂਦੀਆਂ ਜਾਂ ਫਿਰ ਗਰਭ ਧਾਰਨ ਕਰਨ ਦੇ ਵਿੱਚ ਹੋਰ ਕਈ ਸਮੱਸਿਆਵਾਂ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਇਹਦਾ ਮੁੱਖ ਕਾਰਨ ਰੇਹਾਂ ਸਪਰਿਆਂ ਵਾਲਾ ਜਿਹੜਾ ਅਸੀਂ ਖਾਣਾ ਖਾਂਦੇ ਉਹ ਹੈ ਦੇਖੋ ਪਾਣੀ ਜ਼ਹਿਰੀ ਹੋ ਚੁੱਕਾ ਸਾਡੀ ਹਵਾ ਜ਼ਹਿਰੀ ਹੋ ਚੁੱਕੀ ਆ ਸਾਨੂੰ ਅਸੀਂ ਅਸੀਂ ਸ਼ੁੱਧ ਸਾਹ ਹੀ ਨਹੀਂ ਲੈ ਰਹੇ ਨਾ ਉਹ ਜਿਹੜਾ ਉਸ ਦਿਨ ਮੈਂ ਇੱਕ ਰਿਸਰਚ ਪੜ੍ਹੀ ਉਹਦੇ ਵਿੱਚ ਲਿਖਿਆ ਹੋਇਆ ਸੇਗਾ ਕਿ ਜਿਹੜਾ ਪੋਲਿਊਸ਼ਨ ਹੈ ਪ੍ਰਦੂਸ਼ਣ ਹੈ ਇਹ ਇੱਕ ਜਿਹੜੀ ਪ੍ਰੈਗਨੈਂਟ ਔਰਤ ਹੈ ਜਨੇ ਗਰਭ ਧਾਰਨ ਕੀਤਾ ਹੋਇਆ ਉਹਦੇ ਲਈ ਜਾਨਲੇਵਾ ਸਾਬਤ ਹੋ ਸਕਦਾ ਤੇ ਸਾਡੀ ਹਵਾ 'ਚ ਤੱਕਲੇ ਪ੍ਰਦੂਸ਼ਣ ਹੋਇਆ ਬਿਲਕੁਲ ਇਹ ਜਿਹੜਾ ਅਧਿਐਨ ਹੋਇਆ ਇਹਦੇ ਵਿੱਚ ਇੱਕ ਭਾਰਤਵੰਸ਼ੀ ਵਿਗਿਆਨੀ ਵੀ ਸ਼ਾਮਿਲ ਹੈ ਔਰ ਉਹਨਾਂ ਦਾ ਇਹ ਕਹਿਣਾ ਹੈ ਕਿ ਔਰਤਾਂ ਜਿਹੜੀਆਂ ਨਾਰਮਲ ਔਰਤਾਂ ਨੇ ਸਧਾਰਨ ਔਰਤਾਂ ਨੇ ਉਹਨਾਂ ਦੇ ਮੁਕਾਬਲੇ ਗਰਭ ਧਾਰਨ ਕਰਨ ਵਿੱਚ ਜਿਹੜੀਆਂ ਅਸਮਰਥ ਔਰਤਾਂ ਨੇ ਉਹਨਾਂ ਦੇ ਵਿੱਚ ਕੈਂਸਰ ਦਾ ਖਤਰਾ 18 ਫੀਸ ਦੀ ਵਧ ਜਾਂਦਾ ਹੈ ਮਤਲਬ ਇੰਨੀ ਪ੍ਰਤੀਸ਼ਤਤਾ ਵਧ ਗਈ ਹੈ ਔਰ ਉਹਨਾਂ ਨੇ ਇਹ ਵੀ ਵੈਸੇ ਇਹ ਸਪਸ਼ਟ ਨਹੀਂ ਹੋਇ ਜਿਹੜਾ ਇਹ ਕੈਂਸਰ ਦਾ ਖਤਰਾ ਹੈ ਉਹਨਾਂ ਦੇ ਬਾਂਜਪਨ ਕਾਰਨ ਦੇ ਹੁੰਦਾ ਜਾਂ ਜਿਹੜੀਆਂ ਉਹਨਾਂ ਨੂੰ ਉਹ ਬਾਂਜਪਨ ਠੀਕ ਕਰਨ ਦੇ ਵਿੱਚ ਜਿਹੜੀ ਟ੍ਰੀਟਮੈਂਟ ਹੁੰਦੀ ਹੈ ਜਿਹੜੀਆਂ ਦਵਾਈਆਂ ਹੁੰਦੀਆਂ ਉਹਦੇ ਕਰਕੇ ਕੈਂਸਰ ਹੋ ਜਾਂਦਾ ਇਹ ਸਪਸ਼ਟ ਨਹੀਂ ਹੋਇਆ ਇਹ ਅਧਿਐਨ ਹੱਲੇ ਹੋ ਰਿਹਾ ਪਰ ਅਧਿਐਨ ਦੇ ਵਿੱਚ ਇਹ ਜ਼ਰੂਰ ਪਾਇਆ ਗਿਆ ਕਿ ਅਜਿਹੀਆਂ ਔਰਤਾਂ ਦੇ ਵਿੱਚ ਸਿਰਫ ਛਾਤੀ ਦਾ ਕੈਂਸਰ ਹੀ ਨਹੀਂ ਬਲਕਿ ਫੇਫੜੇ ਥਾਇਰਾਇਡ ਇਹੋ ਜਿਹੜੇ ਕੈਂਸਰ ਨੇ ਬਲੱਡ ਕੈਂਸਰ ਤੱਕ ਵੀ ਜਿਹੜੇ ਨੇ ਉਹ ਵੀ ਸਭ ਤੋਂ ਵੱਧ ਫੈਲ ਰਹੇ ਨੇ ਸੋ ਭਾਈ ਆਪਣਾ ਧਿਆਨ ਰੱਖਿਆ ਕਰੋ ਪ੍ਰੀਕਾਸ਼ਨ ਇਜ਼ ਆਲਵੇਸ ਬੈਟਰ ਦਨ ਕਿਉਰ ਹੈ ਨਾ ਹਮੇਸ਼ਾ ਕਹਿੰਦੇ ਹ ਸਾਵਧਾਨੀ ਦੇ ਵਿੱਚ ਹੀ ਜ਼ਿਆਦਾ ਬਰਕਤ ਹੈ ਜ਼ਰੂਰੀ ਹੈ ਵੀ ਤੁਸੀਂ ਸਾਵਧਾਨੀ ਜੋ ਜੋ ਸਾਡੇ ਹੱਥ ਵਿੱਚ ਆ ਉਹ ਅਸੀਂ ਜ਼ਰੂਰ ਕਰੀਏ ਇਹ ਅਸੀਂ ਕਾਮਨਾ ਕਰਦੇ ਹਾਂ ਪਰ ਫਿਲਹਾਲ ਹੁਣ ਸਾਨੂੰ ਜਾਣਾ ਪਏਗਾ ਜੀ ਕੱਲ ਤੋਂ ਫੇਰ ਅਸੀਂ ਤੁਹਾਡੇ ਸਾਹਮਣੇ ਹਾਜ਼ਰ ਹੋਵਾਂਗੇ ਹੋਰ ਬੀਬੀਆਂ ਦੀਆਂ ਗੱਲਾਂ ਲੈ ਕੇ ਹੋਰ ਜ਼ਿਆਦਾ ਜਾਣਕਾਰੀ ਲੈ ਕੇ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਤੁਸੀਂ ਵੇਖਦੇ ਰਹੋ ਪ੍ਰਾਈਮੇਸ਼ੀਆ ਟੀਵੀ ਤੁਹਾਡਾ ਆਪਣਾ ਤੁਹਾਡੇ ਲਈ